ਉਹ ਜਦੋਂ ਆ ਕੇ ਬੈਠੀ ਸੀ ਅਤੇ ਉਹਨੇ ਚਿਰ ਜੋ ਦੋ ਮੁੰਡੇ ਜਿਹਨਾਂ ਮੂੰਹ ਬੰਨੇ ਰਹੇ ਉਹ ਸਾਡੇ ਘਰ ਆ ਗਏ। ਘਰ ਆ ਕੇ ਅਤੇ ਇਹਨਾਂ ਦੇ ਸੋਨੇ ਦੇ ਗਹਿਣੇ ਦਵਾਉਣ ਲੱਗ ਪਏ। ਆਏ ਆ ਦੁਪਹਿਰੀ ਆਏ ਨੇ ਅਤੇ ਅਸੀਂ ਕੁੰਡੀ ਖੋਲ੍ਹੀ ਤਾਂ ਨਹੀਂ, ਕੋਈ ਪ੍ਰਾਹੁਣੀ ਆ ਗਈ ਅਤੇ ਉਹਦੇ ਕਰਕੇ ਕੁੰਡੀ ਖੋਲ੍ਹੀ। ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ, ਆ ਗਏ ਨੇ ਅਤੇ ਆਉਂਦੇ ਪਹਿਲੇ ਮੇਰਾ ਮੂੰਹ ਬੰਨਣ ਲੱਗ ਪਿਆ, ਫਿਰ ਮੇਰੀਆਂ ਬਾਹਾਂ ਬੰਨਣ ਲੱਗ ਪਏ। ਮੈਂ ਉਹਨਾਂ ਦੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ। ਹੱਥੋਂ ਪਾਈ ਹੋਣ 'ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਮੁੰਡੇ, ਇੱਕ ਕੋਲ ਪਿਸਟਲ ਸੀ ਇੱਕ ਕੋਲੋਂ ਖੁਖਰੀ, ਪਿਸਟਲ ਜਿਹੜਾ ਸੀ ਮੈਂ ਉਹ ਖੋਲ੍ਹਿਆ। ਉਹਨਾਂ ਮੈਨੂੰ ਧੱਕਾ ਮਾਰਿਆ ਅਤੇ ਦੂਸਰੇ ਨੇ ਮੇਰੇ ਖੁਖਰੀ ਮਾਰ ਲੱਗਾ, ਉਹ ਫਿਰ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਪਸ ਦੇਣਾ। ਪੁਲਿਸ ਮਹਿਕਮੇ 'ਚੋਂ ਅਸੀਂ ਰਿਟਾਇਰ ਹੋਇਆ। ਅੱਜ ਕਰੀਬ 2 ਵਜੇ ਸਾਡੇ ਘਰ ਰੀਟਾ ਨਾਂ ਦੀ ਕੁੜੀ ਮਿਲਣ ਵਾਸਤੇ ਆਈ ਸੀ। ਉਹ ਜਦੋਂ ਆ ਕੇ ਬੈਠੀ ਸੀ ਅਤੇ ਉਹਨੇ ਚਿਰ ਜੋ ਦੋ ਮੁੰਡੇ ਜਿਹਨਾਂ ਮੂੰਹ ਬੰਨੇ ਰਹੇ ਉਹ ਸਾਡੇ ਘਰ ਆ ਗਏ। ਘਰ ਆ ਕੇ ਅਤੇ ਇਹਨਾਂ ਦੇ ਸੋਨੇ ਦੇ ਗਹਿਣੇ ਦਵਾਉਣ ਲੱਗ ਪਏ, ਮਤਲਬ ਘਰ ਦੀ ਮੇਰੀ ਦੇ ਚੂੜੀਆਂ ਲਵਾਲੀਆਂ, ਕੰਨਾਂ ਦੀਆਂ ਵਾਲੀਆਂ ਲਵਾਲੀਆਂ, ਜਿਹੜੀ ਰੀਟਾ ਸੀ ਉਹਦੀ ਇਹਨਾਂ ਟਾਪਸ ਇੱਕ ਆਰਟੀਫਿਸ਼ਲ ਚੂੜੀ ਪਾਈ ਉਹ ਲਵਾਲੀਆਂ। ਮੈਂ ਉਹਨਾਂ ਦੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ। ਹੱਥੋਂ ਪਾਈ ਹੋਣ 'ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਮੁੰਡੇ, ਇੱਕ ਕੋਲ ਪਿਸਟਲ ਸੀ ਇੱਕ ਕੋਲੋਂ ਖੁਖਰੀ, ਪਿਸਟਲ ਜਿਹੜਾ ਸੀ ਮੈਂ ਉਹ ਖੋਲ੍ਹਿਆ। ਉਹਨਾਂ ਮੈਨੂੰ ਧੱਕਾ ਮਾਰਿਆ ਅਤੇ ਦੂਸਰੇ ਨੇ ਮੇਰੇ ਖੁਖਰੀ ਮਾਰ ਲੱਗਾ, ਉਹ ਫਿਰ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ। ਮੇਰੇ ਫਿਰ ਉਹਨਾਂ ਕੜਾ ਪਾਇਆ ਸੀ ਸੋਨੇ ਦਾ ਉਹ ਲਵਾ ਲਿਆ, ਮੇਰੇ ਖੱਬੇ ਹੱਥ ਪਈ ਸੀ ਸੋਨੇ ਦੀ ਰਿੰਗ ਪਈ ਸੀ, ਚਾਹ ਪਈ ਸੀ, ਉਹ 'ਤੇ ਮੇਰਾ ਨਾਂ JS ਉੱਕਰਿਆ ਸੀ ਉਹ ਵੀ ਲਵਾ ਲਿਆ। ਫਿਰ ਜਾਣ ਲੱਗੇ ਮੈਂ ਫਿਰ ਉਹਨਾਂ ਹੱਥੀਂ ਪੈਰ ਨੂੰ ਫੇਰਦਾ ਸੀ, ਪਰ ਉਹ ਉਹਨਾਂ ਮੇਰੇ ਬਾਹਾਂ ਬੰਨਤੀਆਂ, ਮੂੰਹ ਬੰਨਤਾ ਅਤੇ ਨਾਲ ਫਿਰ ਮੈਨੂੰ ਕਿਹਾ ਵੀ ਜੋ ਪੈਸੇ ਹੋਏ ਆ ਉਹ ਦੇ ਦਿਓ। ਮੈਂ ਫਿਰ ਸਾਡੇ ਕੋਲ ਪੈਸੇ ਨਹੀਂ, ਤੁਸੀਂ ਜੋ ਕਰਨਾ ਘਰ ਹੀ ਲਵਾ ਜਾਓ, ਮੈਂ ਤੁਸੀਂ ਮਾਰਨਾ ਮਾਰ ਜਾਓ ਸਾਨੂੰ। ਉਹ ਜੋ ਇੰਨੀ ਗੱਲ ਕਹੇ ਫਿਰ ਉਹ ਘਰ ਦੀ ਮੇਰੀ ਦਾ ਵੀ ਮੂੰਹ ਬੰਨ ਕੇ, ਮੇਰੀਆਂ ਬਾਹਾਂ 'ਤੇ ਮੂੰਹ ਬੰਨ ਕੇ, ਮੂੰਹ ਬੰਨ ਕੇ ਅਤੇ ਉਹ ਮਤਲਬ ਦੌਕੇ ਮਾਰ ਕੇ ਅਤੇ ਚੱਲ ਕੇ ਹਾਂਜੀ ਹਾਂ ਪੁਲਿਸ ਨੂੰ ਮੈਂ 112 ਨੰਬਰ 'ਤੇ ਸ਼ਿਕਾਇਤ ਕੀਤੀ। ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ, ਜਦੋਂ ਕਿ ਪੁਲਿਸ ਦਾ ਫਰਜ਼ ਸੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰ ਦਿੰਦੇ, ਨਾਕੇ ਲੱਗ ਜਾਂਦੇ। ਉਹਨਾਂ ਬਜਾਏ ਨਾਕੇ ਲਗਾਉਣ ਦੇ 15 ਮਿੰਟ ਤੇਰਾ ਜਿਹੜਾ ਕਿਹੜਾ ਪੈਂਦਾ, ਕਿਹੜਾ ਥਾਣਾ ਪੈਂਦਾ, ਜਦੋਂ ਕਿ ਕੰਟਰੋਲ ਵਾਲੇ ਨੂੰ ਪਤਾ ਜਿਹੜਾ ਸ਼ਹਿਰ 'ਚ ਰਹਿਣ ਦੇ ਉਹਨੂੰ ਸਿਟੀ ਥਾਣਾ ਪੈਂਦਾ ਅਤੇ ਜ਼ਿਲ੍ਹਾ ਗੁਰਦਾਸਪੁਰ ਪੈਂਦਾ। PCR ਵਾਲਾ ਇੱਕ ASI ਆਇਆ, ਫਿਰ PCR ਵਾਲਾ ਦੂਜਾ ਆਇਆ, ਉਹ ਵੀ ਪੁੱਛ ਗਿੱਛ ਇਸ ਕਰਕੇ ਚੱਕੇ। ਜਿਹੜੇ ਥਾਣੇ ਮੁਨਸ਼ੀ ਛੋਟਾ ਆਇਆ ਸੀ ਉਹਨੇ ਦਰਖਾਸਤ ਲਿਖੀ ਆ, ਦਰਖਾਸਤ ਲਿਖ ਕੇ ਅਤੇ ਮੇਰੇ ਦਰਖਾਸਤ ਕਰਾ ਕੇ ਲੈ ਗਏ। ਅਤੇ ਆਏ ਆ ਦੁਪਹਿਰੀ ਆਏ ਨੇ ਅਤੇ ਅਸੀਂ ਕੁੰਡੀ ਖੋਲ੍ਹੀ ਤਾਂ ਨਹੀਂ, ਕੋਈ ਪ੍ਰਾਹੁਣੀ ਆ ਗਈ ਅਤੇ ਉਹਦੇ ਕਰਕੇ ਕੁੰਡੀ ਖੋਲ੍ਹੀ। ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ, ਆ ਗਏ ਨੇ ਅਤੇ ਆਉਂਦੇ ਪਹਿਲੇ ਮੇਰਾ ਮੂੰਹ ਬੰਨਣ ਲੱਗ ਪਿਆ, ਫਿਰ ਮੇਰੀਆਂ ਬਾਹਾਂ ਬੰਨਣ ਲੱਗ ਪਏ। ਫਿਰ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ, ਮੈਂ ਕਿਹਾ ਤੂੰ ਰੀਟਾ 100 ਨੰਬਰ 'ਤੇ ਫੋਨ ਕਰ,
ਫਿਰ ਉਹਨੇ ਮੈਂ ਇੰਨੀ ਗੱਲ ਕਹੀ ਅਤੇ ਉਹ ਕਰਨ ਲੱਗੀ ਅਤੇ ਉਹਦਾ ਵੀ ਮੋਬਾਈਲ ਖੋਲਿਆ, ਮੇਰਾ ਵੀ ਮੋਬਾਈਲ ਖੋਲਿਆ, ਉਹ ਕੁੜੀ ਦੇ ਵੀ ਕਾਂਟੇ ਖੋਲ੍ਹੇ ਅਤੇ ਚੂੜੀਆਂ ਵੀ ਲਾ ਲਈਆਂ ਉਹਦੀਆਂ। ਫਿਰ ਇਹਨਾਂ ਵੱਲ ਇਹਨਾਂ ਨੇ ਨਾ ਪਿਸਤੌਲ ਖੋਲ੍ਹਿਆ ਉਹਨਾਂ ਕੋਲੋਂ ਅਤੇ ਉਹਨਾਂ ਵੱਲ ਕਰ ਅਤੇ ਪਿਸਤੌਲ ਖੋਲ੍ਹਿਆ। ਫਿਰ ਇਹਨਾਂ ਵਾਲੇ ਪਾਸੇ ਹੋ ਗਏ ਅਤੇ ਇਹਨਾਂ ਦੇ ਹੱਥੀਂ ਵੀ ਪੈਣ ਲੱਗ ਪਏ ਉਹ। ਅਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਚੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਅਤੇ ਕਾਂਟੇ ਵੀ ਲਵਾ ਲਏ ਉਹਨਾਂ ਨੇ ਮੇਰੇ ਕੋਲੋਂ ਅਤੇ ਮੋਬਾਈਲ ਵੀ ਮੇਰੇ ਕੋਲ ਲੈ ਗਏ। ਕਹਿੰਦੇ ਅੱਜ ਅਸੀਂ ਫਿਰ, ਮੈਂ ਕਿਹਾ ਤੁਸੀਂ ਮੈਨੂੰ ਤਾਂ ਲੱਗਾ ਸੀ ਵੀ ਜਿੱਦਾਂ ਵੀ ਤੁਸੀਂ ਉਤਪਾਦੀ ਨਹੀਂ ਹੈਗੇ। ਕਹਿੰਦੇ ਅਸੀਂ ਉਹੀ ਉਤਪਾਦੀ ਹਾਂ ਜਿਹੜੇ ਪਹਿਲੇ ਆਏ ਸੀ, ਉਹੀ ਹਾਂ ਅਸੀਂ। ਅਤੇ ਜੇ ਮਗਰੋਂ ਮੂੰਹ ਖੋਲ੍ਹਿਆ ਕਿਸੇ ਲਾ ਖੋਲ੍ਹਿਆ ਤਾਂ ਅਸੀਂ ਫਿਰ ਆ ਜਾਣਾ ਹੀ ਹਾਂ। ਕਿੰਨੇ ਬੰਦੇ ਸੀ? ਦੋ ਬੰਦੇ ਸੀ, ਹਾਂ, ਘਰ ਤੇ ਮੋਟਰਸਾਈਕਲ 'ਤੇ ਆਏ ਨੇ ਉਹ ਅਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ, ਹਾਂ, ਉਹ 'ਚ ਤਾਂ ਆ ਗਏ, ਕੈਮਰੇ 'ਚ ਆ ਗਏ ਨੇ।